ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰਿਆਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਜੀ। ਸੋ ਅੱਜ ਜੋ ਅਸੀਂ ਜੋ ਲੇਟੈਸਟ ਜੋ ਅਪਡੇਟ ਜੋ ਲੈ ਕੇ ਆਏ ਹਾਂ ਸਟੀਮੂਲਸ ਚੈੱਕ ਬਾਰੇ, IRS ਨੇ ਕਿਹਾ ਹੈ ਕਿ ਉਹ ਇੱਕ ਵੈਬਸਾਈਟ ਜੋ 17 ਅਪ੍ਰੈਲ ਨੂੰ ਲਾਂਚ ਕਰਨਗੇ, ਵੈਬ ਪੋਰਟਲ, ਜਿਸ ਵਿੱਚ ਜਿਨ੍ਹਾਂ ਜਿਨ੍ਹਾਂ ਵੀ ਲੋਕਾਂ ਨੇ 2018 ਜਾਂ 2019 ਦਾ ਟੈਕਸ ਭਰ ਦਿੱਤਾ ਪਰ ਆਪਣੀ ਜੋ ਬੈਂਕ ਦੀ ਡਿਟੇਲਸ ਜੋ ਹੈ IRS ਨੂੰ ਨਹੀਂ ਦਿੱਤੀ ਹੈ, ਉਹ ਇਸ ਵੈਬਸਾਈਟ ਦੇ ਜ਼ਰੀਏ ਆਪਣੀ ਬੈਂਕ ਦੀ ਡਿਟੇਲਸ ਜੋ ਹੈ IRS ਨੂੰ ਦੇ ਸਕਦੇ ਨੇ ਤਾਂ ਜੋ ਉਹਨਾਂ ਦੇ ਅਕਾਊਂਟ ਵਿੱਚ ਪੈਸੇ ਜਲਦੀ ਆ ਸਕਣ। ਦੂਸਰਾ, ਇਸ ਪੋਰਟਲ ਦੇ ਜ਼ਰੀਏ, ਇਸ ਵੈਬਸਾਈਟ ਦੇ ਜ਼ਰੀਏ ਤੁਸੀਂ ਇਹ ਵੀ ਚੈੱਕ ਕਰ ਸਕੋਗੇ ਕਿ ਤੁਹਾਡੀ ਜੋ ਪੇਮੈਂਟ ਜੋ ਪੈਸੇ IRS ਜੋ ਕਦੋਂ ਭੇਜਣਗੇ, ਜਦੀ ਉਹਨਾਂ ਨੇ ਭੇਜ ਦਿੱਤੇ ਕਦੋਂ ਭੇਜੇ ਹੈ, ਕਿਵੇਂ ਚੈੱਕ ਭੇਜਿਆ ਜਾਂ ਬੈਂਕ ਵਿੱਚ ਭੇਜੇ ਨੇ, ਉਹ ਸਾਰੀ ਡਿਟੇਲਸ ਤੁਸੀਂ ਇਸ ਵੈਬਸਾਈਟ ਦੇ ਥਰੂ ਤੁਹਾਨੂੰ ਪਤਾ ਲੱਗ ਜਾਵੇਗੀ। ਸੋ ਜਦੋਂ ਇਹ ਵੈਬ ਪੋਰਟਲ ਆ ਜਾਵੇਗਾ ਉਹਦੀ ਅਸੀਂ ਅਲੱਗ ਵੀਡੀਓ ਬਣਾਵਾਂਗੇ, ਉਹ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਹਨੂੰ ਜੋ ਅਪਡੇਟ ਕਿਵੇਂ ਕਰਨੀ ਹੈਗੀ ਬੈਂਕ ਦੀ ਡਿਟੇਲਸ ਤੇ ਕਿਵੇਂ ਜੋ ਸਟੇਟਸ ਚੈੱਕ ਕਰਨਾ। ਓਕੇ ਜੀ, ਸੋ ਦੂਸਰਾ, ਜੋ ਅਪ੍ਰੈਲ 11 ਨੂੰ ਜੋ IRS ਨੇ ਜੋ ਟਵੀਟ ਕੀਤਾ ਸੀ ਕਿ ਜੋ ਸਟੀਮੂਲਸ ਚੈੱਕ ਦੀਆਂ ਜੋ ਪੇਮੈਂਟਾਂ ਜੋ ਪੈਸੇ ਉਹਨਾਂ ਨੇ ਭੇਜਣੇ ਸ਼ੁਰੂ ਕਰ ਦਿੱਤੇ ਆਲਰੇਡੀ ਲੋਕਾਂ ਦੇ ਅਕਾਊਂਟ ਵਿੱਚ, ਜਿਨ੍ਹਾਂ ਜਿਨ੍ਹਾਂ ਦਾ ਅਕਾਊਂਟ ਉਹਨਾਂ ਦੇ ਕੋਲ ਹੈ ਉਹਨਾਂ ਦੇ ਬੈਂਕਾਂ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਚੁੱਕੇ ਨੇ। ਸੋ ਬਹੁਤ ਸਾਰੇ ਲੋਕਾਂ ਦੇ ਪੈਸੇ ਅਕਾਊਂਟ ਵਿੱਚ ਆ ਚੁੱਕੇ ਨੇ ਔਰ ਜੋ ਬਚੇ ਨੇ ਲੋਕ ਉਹਨਾਂ ਦੇ ਅਕਾਊਂਟ ਵਿੱਚ ਆ ਹਫਤੇ ਜੋ 13 ਅਪ੍ਰੈਲ ਜੋ ਸੋਮਵਾਰ ਹੈ ਅੱਜ, ਸੋ ਅੱਜ ਤੋਂ ਲੈ ਕੇ ਸ਼ਨੀ ਐਤਵਾਰ ਤੱਕ ਸਾਰਿਆਂ ਦੇ ਅਕਾਊਂਟ ਵਿੱਚ ਪੈਸੇ ਆ ਜਾਣਗੇ। ਸੋ ਉਹਨਾਂ ਨੇ ਕਿਹਾ ਹੈ ਕਿ ਲਗਭਗ 60 ਮਿਲੀਅਨ 60 ਮਿਲੀਅਨ ਲੋਕਾਂ ਦੇ ਬੈਂਕਾਂ ਦੇ ਵਿੱਚ ਉਹ ਪੈਸੇ ਅਪ੍ਰੈਲ ਦੇ ਵਿਚਕਾਰਲੇ ਹਫਤੇ, ਯਾਨੀ ਕਿ ਆਹ ਵਾਲੇ ਹਫਤੇ ਉਹ 60 ਮਿਲੀਅਨ ਲੋਕਾਂ ਦੇ ਬੈਂਕਾਂ ਦੇ ਵਿੱਚ ਅਕਾਊਂਟ ਵਿੱਚ ਪੈਸੇ ਪਾ ਦੇਣਗੇ। ਸੋ ਜੋ ਬਚੇ ਜੋ ਲੋਕ ਨੇ ਜਿਨ੍ਹਾਂ ਦੇ ਅਕਾਊਂਟ ਉਹਨਾਂ ਦੇ ਕੋਲ ਨਹੀਂ ਨੇ, ਉਹਨਾਂ ਨੂੰ ਉਹ ਪੇਪਰ ਚੈੱਕ ਭੇਜਣਗੇ, ਜੋ ਪੇਪਰ ਚੈੱਕ ਜੋ ਹੈ ਮਈ ਦੇ ਪਹਿਲੇ ਹਫਤੇ ਸ਼ੁਰੂ ਹੋਣਗੇ। ਓਕੇ, ਸੋ ਜਿਨ੍ਹਾਂ ਨੂੰ ਕਿ ਟਾਈਮ ਲੱਗੇਗਾ, ਉਹਨਾਂ ਨੇ ਕਿਹਾ ਹੈ ਕਿ 5 ਮਿਲੀਅਨ ਲੋਕਾਂ ਨੂੰ ਅਸੀਂ ਇੱਕ ਹਫਤੇ ਵਿੱਚ ਚੈੱਕ ਭੇਜਾਂਗੇ। ਸੋ ਸਾਰੇ ਲੋਕਾਂ ਨੂੰ ਮਿਲਣ ਵਿੱਚ ਲਗਭਗ 20 ਹਫਤੇ ਲੱਗਣਗੇ, ਮਤਲਬ 5 ਮਹੀਨੇ ਲੱਗਣਗੇ। ਮੈਂ ਵੀ ਜੁਲਾਈ ਅਗਸਤ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਜਿਹਦੀ ਚੈੱਕ ਜਿਹੜੇ ਨੇ ਉਹਨਾਂ ਨੂੰ ਆਉਣ ਵਿੱਚ ਟਾਈਮ ਲੱਗੇਗਾ। ਸੋ ਬੈਟਰ ਹੈ ਜਦੋਂ ਉਹਨਾਂ ਦਾ ਪੋਰਟਲ ਆ ਜਾਊਗਾ, ਵੈਬਸਾਈਟ ਆ ਜਾਊਗੀ, ਪਲੀਜ਼ ਆਪਣੀ ਬੈਂਕ ਦੀ ਡਿਟੇਲਸ ਉਹਦੇ ਵਿੱਚ ਉਹਨਾਂ ਨੂੰ ਅਪਡੇਟ ਕਰੋ ਤਾਂ ਜੋ ਤੁਹਾਨੂੰ ਇਹ ਪੈਸੇ ਜਲਦੀ ਤੋਂ ਜਲਦੀ ਆ ਸਕਣ। ਓਕੇ ਜੀ, ਸੋ ਜੋ ਵੀ ਅਪਡੇਟਸ ਹੋਣਗੇ ਅਸੀਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ। ਜਿਵੇਂ ਕਿ ਅਸੀਂ ਦੇਖਿਆ ਜੋ 2 ਟ੍ਰਿਲੀਅਨ ਦਾ ਜੋ ਸਰਕਾਰ ਨੇ ਜੋ ਬਿੱਲ ਪਾਸ ਕੀਤਾ, ਉਸ ਬਿੱਲ ਦੇ ਜ਼ਰੀਏ ਸਰਕਾਰ ਨੇ ਜੋ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ, ਉਹਨਾਂ ਵਿੱਚ ਕੁਝ ਸਹੂਲਤਾਂ ਸਨ ਜੋ ਕਿ ਲਿਮਿਟਿਡ ਟਾਈਮ ਔਰ ਲਿਮਿਟਿਡ ਲੋਕਾਂ ਵਾਸਤੇ ਸੀ। ਜਿਵੇਂ ਕਿ ਅਸੀਂ ਐਗਜ਼ਾਮਪਲ ਦੇਖ ਲਈਏ, ਜੋ ਇੱਕ 10,000 ਦਾ ਜੋ ਪੈਕੇਜ ਸੀਗਾ ਉਹਨਾਂ ਨੇ ਰੱਖਿਆ, ਜੋ ਕਿ ਛੋਟੇ ਬਿਜ਼ਨਸ ਔਰ ਜੋ ਇੰਡੀਪੈਂਡੈਂਟ ਕੰਟਰੈਕਟਰ ਤੇ ਉਹਨਾਂ ਵਿੱਚ ਜੋ ਸਾਡੇ ਜੋ ਟੈਕਸੀ ਡਰਾਈਵਰ ਸਨ ਉਹ ਵੀ ਉਹਦੇ ਵਿੱਚ ਐਲੀਜੀਬਲ ਸਨ, ਪਰ ਜੋ ਉਹਦਾ ਜੋ ਟਾਈਮ ਲਿਮਿਟ ਸੀ ਘੱਟ ਸੀ। ਮਤਲਬ ਉਹਨਾਂ ਨੇ ਕਿਹਾ ਸੀ ਕਿ ਜੋ ਪਹਿਲੇ 1 ਮਿਲੀਅਨ ਲੋਕ ਹੈ ਪਹਿਲਾਂ ਐਪਲੀਕੇਸ਼ਨਾਂ ਭਰ ਦੇਣਗੇ ਉਹਨਾਂ ਨੂੰ ਹੀ ਇਹ ਸਹੂਲਤਾਂ ਦਿੱਤੀਆਂ ਜਾਵੇਗੀਆਂ। ਸੋ ਅਸੀਂ ਦੇਖਿਆ ਸੀ ਕਿ ਜੋ ਪਹਿਲੇ 2 ਦਿਨਾਂ ਵਿੱਚ ਹੀ 1 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਐਪਲੀਕੇਸ਼ਨਾਂ ਭਰ ਦਿੱਤੀਆਂ ਸਨ। ਸੋ ਜੋ ਵੀ ਸਹੂਲਤਾਂ ਸਰਕਾਰ ਦੇ ਰਹੀ ਹੈ, ਕੁਝ ਸਹੂਲਤਾਂ ਉਹਦੇ ਵਿੱਚ ਹੁੰਦੀਆਂ ਜਿਹਦਾ ਟਾਈਮ ਬਹੁਤ ਥੋੜਾ ਹੁੰਦਾ, ਜਿਹਨਾਂ ਦੀ ਕਈ ਵਾਰੀ ਐਪਲੀਕੇਸ਼ਨਾਂ ਭਰਨੀਆਂ ਪੈਂਦੀਆਂ। ਸੋ ਜੇਕਰ ਅਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਥੱਲੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ, ਨਾਲ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਜੋ ਵੀ ਨਵੀਂ ਅਪਡੇਟ ਆ ਰਹੀ, ਨਵੀਂ ਵੀਡੀਓ ਆ ਰਹੀ ਉਹ ਤੁਹਾਨੂੰ ਮਿਲ ਸਕੇ। ਔਰ ਸਰਕਾਰ ਸੋਚ ਰਹੀ ਹੈ ਕਿ ਇੱਕ ਨਵਾਂ ਬਿੱਲ ਵੀ ਪਾਸ ਕੀਤਾ ਜਾਵੇ, ਕਿਉਂਕਿ ਜੋ ਲੋਕਾਂ ਦੀਆਂ ਜ਼ਰੂਰਤਾਂ, ਲੋਕਾਂ ਦੇ ਜੋ ਖਰਚੇ ਬਹੁਤ ਨੇ ਉਹ ਇਸ ਬਿੱਲ ਵਿੱਚ ਨਹੀਂ ਹੋ ਸਕਦੇ ਪੂਰੇ, ਇਸ ਕਰਕੇ ਉਹ ਇੱਕ ਹੋਰ ਬਿੱਲ ਲੈ ਕੇ ਆ ਰਹੀ ਹੈ। ਉਸ ਬਿੱਲ ਬਾਰੇ ਵੀ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜਦੋਂ ਬਿੱਲ ਆਵੇਗਾ। ਸੋ ਸਬਸਕ੍ਰਾਈਬ ਕਰੋ ਚੈਨਲ ਨੂੰ, ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ, ਔਰ ਜੇਕਰ ਸਬਸਕ੍ਰਾਈਬ ਕੀਤਾ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ। ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਸਾਡੇ ਲੋਕਾਂ ਨੂੰ, ਸਾਡੇ ਜੋ ਪੰਜਾਬੀ ਕਮਿਊਨਿਟੀ ਉਹਨੂੰ ਵੀ ਪਤਾ ਲੱਗ ਸਕੇ ਕਿ ਜੋ ਸਰਕਾਰ ਸਹੂਲਤਾਂ ਦੇ ਰਹੀ ਹੈ ਉਸ ਸਹੂਲਤਾਂ ਨੂੰ ਕਿਵੇਂ ਲੈਣਾ ਔਰ ਸਹੂਲਤਾਂ ਉਹ ਵੀ ਲੈ ਸਕਣ। ਓਕੇ ਜੀ, ਸੋ ਘਰ ਵਿੱਚ ਰਹੋ, ਸੁਰੱਖਿਅਤ ਰਹੋ, ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।